ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਵਿਸਾਖੀ ਦਾ ਦਿਹਾੜਾ ਪਾਕਿਸਤਾਨ ਵਿਖੇ ਗੁਰਦੁਆਰਾ ਸਿੰਘ ਸਮਦਲ 500 ਕਿ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੁੱਖ ਦਫ਼ਤਰ ਤੋਂ 437 ਜਿਹੜੇ ਸਿੱਖ ਸ਼ਰਧਾਲੂ ਆ ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ, ਜਿਨ੍ਹਾਂ ਦੀ ਰਵਾਨਗੀ ਮਾਨਯੋਗ ਪ੍ਰਧਾਨ ਸਾਹਿਬ ਜਗੀਰਪੁਰ ਵੀ ਖੁਦ ਕਰਨਗੇ। ਇਹ ਜਥਾ ਅੱਜ ਪਾਕਿਸਤਾਨ ਵਿੱਚ ਵਾਹਗਾ ਬਾਰਡਰ ਦੇ ਥਰੂ ਐਂਟਰੀ ਕਰੇਗਾ। ਇਹਦੀ ਵਾਪਸੀ 22 ਅਪ੍ਰੈਲ ਨੂੰ ਹੋਏਗੀ। ਇਹ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਸ੍ਰੀ 500 ਕਿ ਮਨਾਉਣ ਤੋਂ ਬਾਅਦ ਸਾਰੇ ਹੀ ਗੁਰਧਾਮਾਂ ਦੇ ਦਰਸ਼ਨ ਕਰੇਗਾ। ਔਰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਾਡੀ ਇਹਨਾਂ ਸਿੱਖ ਸੰਗਤਾਂ ਨੂੰ ਅਪੀਲ ਆ ਕਿ ਇਹ ਸਾਵਧਾਨੀਆਂ ਵਰਤਣ, ਮਤਲਬ ਹੈਲਥ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਉੱਥੇ ਜਾਂਦਾ। 437 ਬੰਦੇ ਨੂੰ ਵੀਜ਼ਾ ਮਿਲਿਆ ਸੀ? ਹਾਂਜੀ, 437 ਜਿਹੜੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ। ਬਾਕੀ ਦੇ ਵੀਜ਼ੇ ਜਿਹੜੇ ਪੰਜਾਬ ਔਰ ਭਾਰਤ ਸਰਕਾਰ ਦੇ, ਪੋਜ਼ਿਟਿਵ ਕਿੰਨੇ ਆਏ ਨੇ? ਜਿਹੜੇ 6 ਜਿਹੜੇ ਸ਼ਰਧਾਲੂ ਪੋਜ਼ਿਟਿਵ ਆਏ ਨੇ, ਉਹਨਾਂ ਨੂੰ ਬੇਨਤੀ ਕੀਤੀ ਵੀ ਉਹ ਪਾਕਿਸਤਾਨ ਵਿੱਚ ਐਂਟਰੀ ਨਾ ਕਰਨ। ਬਾਕੀ ਸਾਰਿਆਂ ਨੂੰ ਸਾਡੀ ਬੇਨਤੀ ਆ ਵੀ ਉਹ ਸਾਵਧਾਨ ਰਹਿਣ। ਕੁਆਰੰਟਾਈਨ ਕਰ ਦਿੱਤਾ ਗਿਆ ਜਿਹੜੇ ਪੋਜ਼ਿਟਿਵ ਆਏ ਨੇ 6? ਬਿਲਕੁਲ, ਉਹਨਾਂ ਨੂੰ ਅਸੀਂ ਕਹਿਤਾ ਵੀ ਆਪਣੇ ਘਰਾਂ 'ਚ ਰਹਿਣ ਜਾਂ ਜੋ ਵੀ ਉਹਨਾਂ ਦੇ ਬਣਦੀ ਇਸ ਤਰ੍ਹਾਂ। 431 ਜਾਣਗੇ ਹੁਣ ਫਿਰ? ਬਿਲਕੁਲ 400। ਸੰਦੀਪ ਰਾਵਲ ਆ ਜੀ ਮੇਰਾ ਨਾਮ, ਹੈ ਮੋਗਾ ਜ਼ਿਲ੍ਹੇ ਤੋਂ। ਕਿੱਥੇ ਜਾ ਰਹੇ, ਕਿੰਨੇ ਦਿਨ ਦਾ ਟੂਰ ਹੈ? ਇਹ ਸਾਡਾ ਟੂਰ ਹੈਗਾ ਜੀ 12 ਅਪ੍ਰੈਲ ਤੋਂ ਲੈ ਕੇ ਜੀ 22 ਅਪ੍ਰੈਲ ਤੱਕ, 10 ਤੋਂ 11 ਦਿਨ ਦਾ ਟੂਰ ਹੈਗਾ ਜੀ। ਖੁਸ਼ੀ ਬਹੁਤ ਆ ਜੀ, ਸਾਡਾ ਪਿੰਡ ਨਨਕਾਣਾ ਸਾਹਿਬ ਆ ਜੀ, ਮੇਰੇ ਫਾਦਰ ਸਾਹਿਬ ਦਾ ਜਨਮ ਵੀ ਨਨਕਾਣਾ ਸਾਹਿਬ ਦਾ ਹੈ ਅਤੇ ਇਹ ਗੌਰਮੈਂਟ ਨੂੰ ਆਪਣਾ ਬੜਾ ਖੁਸ਼ੀ ਦੀ ਗੱਲ ਹੈ ਜੀ, ਪਾਕਿਸਤਾਨੀ ਗੌਰਮੈਂਟ ਔਰ ਇੰਡੀਆ ਗੌਰਮੈਂਟ ਦਾ ਇਹ ਬੜਾ ਧੰਨਵਾਦ ਕਰਦਾ ਜੀ ਮੈਂ ਇਹਨਾਂ ਨੇ ਸਾਨੂੰ ਇਸ ਕਰੋਨਾ ਦੇ ਵਿੱਚ ਵੀ ਸਾਨੂੰ ਵੀਜ਼ਾ ਦਿੱਤਾ ਅਤੇ ਅਸੀਂ ਉਹ ਹਦਾਇਤਾਂ ਨਾਲ ਪਾਲਣਾ ਕਰਦੇ ਹੋਏ ਜੀ ਆਪਦੇ ਮਾਸਕ ਮੇਰੀ ਜੇਬ 'ਚ ਹੀ ਆ ਜੀ ਅਤੇ ਹੁਣ ਅਸੀਂ ਉਹ ਸੈਨੇਟਾਈਜ਼ਰ ਵਗੈਰਾ ਨਾਲ ਲੈ ਕੇ ਜਾਵਾਂਗੇ ਜੀ। ਜੱਥਾ ਜਾ ਰਿਹਾ ਜੀ ਇਹ ਸਿੱਧਾ ਇੱਥੋਂ ਪੰਜਾ ਸਾਹਿਬ, 3 ਦਿਨ ਪੰਜਾ ਸਾਹਿਬ ਆ ਜੀ, ਉਸ ਤੋਂ ਬਾਅਦ ਵਾਪਸ ਜੀ ਨਨਕਾਣਾ ਸਾਹਿਬ 2 ਦਿਨ ਹੈ, ਡੇਰਾ ਸਾਹਿਬ ਹੈ ਲਾਹੌਰ ਔਰ ਰੋਹੜੀ ਸਾਹਿਬ ਗੁਜਰਾਂਵਾਲੇ ਵੀ ਜਾਏਗਾ ਜੀ। ਔਰ ਐਤਕੀ ਇਹ ਖੁਸ਼ੀ ਦੀ ਗੱਲ ਹੋ ਰਿਹਾ ਜੀ, ਇਹਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਕੋਰੀਡੋਰ ਉਹ ਵੀ ਐਡ ਕੀਤਾ ਅਤੇ ਮੈਂ ਸ਼ੁਕਰਗੁਜ਼ਾਰ ਕਰਦਾ ਜੀ ਬਾਬਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਸਾਰੀ ਸੰਗਤ ਦਾ ਬੜਾ ਪਿਆਰ ਮਿਲ ਰਿਹਾ ਔਰ ਤੁਹਾਡੇ ਭਰਾਵਾਂ ਦਾ ਤੁਸੀਂ ਬੜਾ ਅਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ, ਮਿਹਰਬਾਨੀ ਜੀ। ਪ੍ਰਤਾਪ ਸਿੰਘ ਨਾਮ, 12 ਫਰਵਰੀ ਨੂੰ ਜੀ ਸ਼ਾਮ ਕਿੱਥੇ ਜਾ ਰਹੇ, ਕਿੰਨੇ ਦਿਨ? ਨਨਕਾਣਾ ਸਾਹਿਬ ਜਾ ਰਹੇ ਹਾਂ, ਕਰਤਾਰਪੁਰ ਨਨਕਾਣਾ ਸਾਹਿਬ ਲਾਹੌਰ ਪੰਜਾ ਸਾਹਿਬ ਗੁਫਾ ਵਿੱਚ ਇੱਕ ਸਥਾਨ ਹੈ, 5-6 ਗੁਰਦੁਆਰੇ ਹੈ, ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਪਹਿਲੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਾ ਹੈ। ਦਾਸ ਨੂੰ ਕਹਾਂ ਸੇ ਆਏ? ਅਲੀਗੜ੍ਹ ਯੂਪੀ ਸੇ। ਬਹੁਤ ਖੁਸ਼ੀ ਹੈ, ਮਨ ਵਿੱਚ ਬੜਾ ਦਿਲ ਕੇ ਸਾਥ ਇੱਛਾ ਅਨੁਸਾਰ ਇੱਛਾ ਪੂਰੀ ਕਰਦੀ ਹੈ ਗੁਰੂ ਮਹਾਰਾਜ ਜੀ। ਗੱਲ ਹੈ ਕਿ ਕਿਰਪਾ ਪੂਰੀ ਕਰਦੀ ਉਹਨੇ ਸਾਥ ਸਭੀ ਸੰਗਤ ਦਾ ਸਾਥ ਦਿਆ ਹੈ। ਮੇਰਾ ਨਾਮ ਸੰਤੋਸ਼ ਕੁਮਾਰੀ ਹੈ। ਕਿੱਥੋਂ ਆਏ? ਅਸੀਂ ਪਿੰਡ ਕਾਇਨੌਰ ਹੈ, ਮਰਿੰਡੇ ਦੇ ਕੋਲ ਹੈ ਪਿੰਡ, ਇਹ ਰੋਪੜ ਜ਼ਿਲ੍ਹਾ। ਅੱਜ ਕਿੱਥੇ ਜਾ ਰਹੇ ਤੇ ਕਿੰਨੇ ਦਿਨ ਦਾ ਟੂਰ ਹੈ? ਅੱਜ ਅਸੀਂ ਬੇਟੇ ਇਹ ਟੂਰ ਹੈਗਾ ਸਾਡਾ, ਅਸੀਂ 22 ਨੂੰ ਵਾਪਸੀ ਹੈ ਸਾਡੀ। ਕਿਹੜੇ ਕਿਹੜੇ ਗੁਰਧਾਮਾਂ ਦਰਸ਼ਨ? ਅਸੀਂ ਗੁਰਧਾਮਾਂ ਜਾਵਾਂਗੇ, ਪਹਿਲਾਂ ਤਾਂ ਅਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਬਾਕੀ ਲਾਹੌਰ, ਕਰਤਾਰਪੁਰ, ਬਾਕੀ ਅੱਗੇ ਸਾਰੇ ਜਿੰਨੇ ਵੀ ਸਥਾਨ ਹੈ ਸਾਰੀ ਜਗ੍ਹਾ ਜਾਵਾਂਗੇ। ਕਿੰਨੀ ਖੁਸ਼ੀ ਹੋ ਰਹੀ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਬੇਟੇ, ਅੱਜ ਜਿੰਨੀ ਖੁਸ਼ੀ ਤਾਂ ਸਾਨੂੰ ਜ਼ਿੰਦਗੀ 'ਚ ਕਦੇ ਵੀ ਨਹੀਂ ਮਿਲੀ ਜਿੰਨੀ ਅੱਜ। ਹਾਂਜੀ, ਅਸੀਂ ਪਹਿਲੀ ਵਾਰ ਜਾ ਰਹੇ ਹਾਂ, ਫਰਵਰੀ 'ਚ ਸਾਡਾ ਵੀਜ਼ਾ ਲੱਗਿਆ ਸੀ, ਉਹ ਫਿਰ ਜਥਾ ਕੈਂਸਲ ਕਰ ਦਿੱਤਾ ਸੀ ਗੌਰਮੈਂਟ ਨੇ ਆਪਣੀ ਨੇ ਕਰੋਨਾ ਦੇ ਕਾਰਨ। ਕਰੋਨਾ ਤਾਂ ਹੁਣ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ, ਪਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਉਹਨਾਂ ਨੇ ਦੁਬਾਰਾ ਮੌਕਾ ਦਿੱਤਾ ਜਾਣ ਦਾ, ਔਰ ਅਸੀਂ ਆਪਣੇ ਕਰੋਨਾ ਦੇ ਸਾਰੇ ਟੈਸਟ ਵਗੈਰਾ, ਇੰਜੈਕਸ਼ਨ, ਵੈਕਸੀਨ ਲੈ ਕੇ ਔਰ ਮਾਸਕ, ਸੈਨੇਟਾਈਜ਼ਰ ਸਭ ਕੁਝ ਨਾਲ ਲੈ ਕੇ ਜਾ ਰਹੇ ਹਾਂ ਪੂਰੀਆਂ। ਸਾਨੂੰ ਉਹਨਾਂ ਨੇ ਕਿਸੇ ਆਪਣਾ ਤੁਸੀਂ ਆਪਣੇ ਸਾਡਾ ਬਚਾ ਆਪ ਸਾਡੇ ਸਾਰਿਆਂ ਦਾ ਉਹਦੇ 'ਚ ਬਚਾਇਆ ਅਤੇ ਅਸੀਂ ਬਹੁਤ ਉਹ ਕਰਦੇ ਹਾਂ। ਬਾਕੀ ਮੈਂ ਆਪਣੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਆਪਣਾ ਜਿਹੜਾ ਕਰਤਾਰਪੁਰ ਦਾ ਲਾਂਘਾ ਇਹ ਵੀ ਖੋਲ੍ਹਿਆ ਜਾਵੇ, ਉਹਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਤਾਂ ਕਿ ਜਿਹੜੀਆਂ ਸੰਗਤਾਂ ਨਹੀਂ ਜਾ ਸਕਦੀਆਂ
वह भी जान उत्थे दर्शन कर, हर एक जना मतलब ननकाणा साहब पाकिस्तान नहीं जा सकता, किसी का पासपोर्ट नहीं है, किसी को कुछ नहीं है, कोई किसी घर दिया बहुत प्रॉब्लम होंगे भी वह भी इतने अपने करतारपुर लांघे से जाके दर्शन कर सकें, उन्होंने भी खुलन की इजाजत दे। मैं अपनी सरकार का बहुत बहुत धन्यवाद करूँगी। और साडा इतने श्रोमणी कमेटी वाले ने असं आए हुए अमृतसर, इन्होंने साडा बहुत वधिया इंतजाम करया हो, बहुत साडा ध्यान रख रहे हैं, असं इन्हों का भी बहुत बहुत धन्यवाद करते हैं। वाहेगुरू जी का खालसा, वाहेगुरू जी की फतह। मैं प्रभा भसीन लखनऊ तो आई हाँ, मैं जा रही हाँ, जत्था जा रहा है पाकिस्तान, पहली बारी जा रही हाँ मत्था टेकन, बहुत खुशी है मन में, और विसाखी तो जा रहे हैं, सब तो वड्डी गल तो है। मैं हाँ जी पहली बारी जा रही हाँ, वीज़ा ही पहली बार लगा है, पिछले साल भी अप्लाई किया सी पर लॉकडाउन की वजह नाल कैंसल हो गया सी प्रोग्राम, तो नहीं जा पाए, इस करके हूँ फिर विसाखी तो जा रही हूँ। बहुत खुशी है, बहुत खुशी है, सब ठीक है। बाकी असं तो यही कहे कि करतारपुर का रस्ता भी खोल देन इतों इंडिया तो, कि बड़ा अच्छा हो जाए और सारी संगत को दर्शन करने का मौका मिले मत्था टेकन का। बहुत अच्छा है इतने, बहुत ही अच्छा है, लोग इन्नी मद इन्ना मददगार ने है लोग कि मैं दस नहीं सकती, बहुत इन्होंने मदद की है साड़ी, इतने सू कोई तकलीफ नहीं है। की नाम है जी? मेरा नाम दरबाग सिंह है जी, गुरदासपुर तो आए हैं असं, तो जथे बच्चे जा रहे हैं पाकिस्तान वास्ते। वाहेगुरू जी का खालसा, वाहेगुरू जी की फतह। कितनी खुशी हो रही है, ये बहुत पहली बारी क्योंकि सानू मौका मिलया, अगे विसाखी जी अं लोकल अपने पिंड के गुरुद्वार मनाते रहे हैं, ज कोई इतिहासक गुरद्वारा जिमें साढ़े गुरदासपुर घल्लूघारा साहब पैंता उ साढ़े वास्ते विसाखी ही, पर यह पहली बारी मौका मिले गुरु रामदास की कृपा सदका कि इस बार विसाखी जी है गुरु नानक साहब की जी जन्मभूमि है उत्थे आप जाके मना रहे हैं, मन बड़ा खुश है। ये पाकिस्तान के लगभग गुरद्वारे सारे जड़े मुख गुरद्वारे ने जिम्मे साका ननकाणा साहब है, गुरद्वारा पंजा साहब है, गुरद्वारा रोड़ी साहब है, सो ये सारे गुरद्वारे का एक पूरा पैकेज बनाया गया श्रोमणी कमेटी वालों, वो 11 दिन का साढ़े को समा है, तो मेरे ख्याल 11 दिन बहुत सफिशेंट समा है, तो सारे गुरद्वारे अं उ जड़े ने वेख के आवेंगे। पहले जब वीज़ा लग गया कैंसल हो गया तो हूँ लग गया, इतनी खुशी ये जी मैं समझदा खुशी भी है पर सानू बहुत दुख भी है कि साढ़े बहुत सारे वीर भरा उदों वड्डे पद्धर के उत्ते वीज़ा लगा ही, बहुत सारे वीर का 2000 के लगभग, ये सिर्फ 400 जा रहा, तो जिन्हे नहीं गए जिन्हों का वीज़ा नहीं लगा वो बेचारे मन में बड़े मायूस ने कि सानू फिर एक बार इतों निराश होना पाया। सो सरकारां चाहिए कि किसी भी तरीके जिहड़ा बार्डर है घट्टो घट ननकाणा साहब वाला डेरा बाबा नानकाला ये खोलन, ता कि संगतां जिहड़ियां डेली रूटीन में थोड़ी थोड़ी संगतां भी जाके दर्शन दारे कर सकन। विसाखी का मौका है की खास? विसाखी साडी सिखां वास्ते बड़ी महान है क्योंकि इत्थे खालसे का जिहड़ा जन्म दिहाड़ा वा, सो जिथे ये जिहड़ा जन्म दिहाड़ा सारी हिंदुस्तान सारे देश दीआं जिहड़ियां ने सारे देशों के मनाया जाता वड्डे पद्धर के उत्ते, सो पाकिस्तान के वख वख देशों तो लोग आउणगे उत्थे, तो सारे जिन्ने देश ने उन्होंने लोगों के नाल रल के सानू इस बार विसाखी मनाउण दा मौका मिल रहा। वाहिगुरू जी का खालसा, वाहिगुरू जी की फतेह।